ਨਗਾਰਾ ਟੀਵੀ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਉਤਰੀ ਹਲਕੇ ਤੋਂ ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ ਤੁਹਾਨੂੰ ਮਿਲੌਣ ਜਾ ਰਹੇ ਹਾਂ ਕੁਵਰ ਵਿਜੇ ਪ੍ਰਤਾਪ ਜੀ ਨਾਲ ਤੇ ਆਓ ਗੱਲਾਂ ਕਰਦੇ ਹਾਂ ਉਹਨਾਂ ਨਾਲ ਕਿ ਅੱਜ ਜਿਹੜੀ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਉਹਨਾਂ ਵਿੱਚ ਉਹਨਾਂ ਦੇ ਕੀ ਵਿਚਾਰ ਨੇ ਦੇਖੋ ਅਸੀਂ 2022 ਦਾ ਇਲੈਕਸ਼ਨ ਆਮ ਆਦਮੀ ਪਾਰਟੀ ਦੀ ਤਰਫੋਂ 117 ਸੀਟਾਂ ਤੇ ਲੜ ਰਹੇ ਹਾਂ ਜੀ ਪੰਜਾਬ ਦੇ ਵਿੱਚ ਕੁੱਲ 117 ਸੀਟ ਨੇ ਜੀ ਔਰ ਹਰ ਸੀਟ ਤੇ ਐਸੀ ਮਿਹਨਤ ਕਰ ਰਹੇ ਹਾਂ ਮੈਂ ਖੁਦ ਵੀ ਦੇਖੋ 44 ਮੀਟਿੰਗਾਂ ਕਰਕੇ ਆਇਆ ਹਾਂ ਪੂਰੇ ਪੰਜਾਬ ਦੇ ਵਿੱਚ ਔਰ ਹੁਣ ਜੁਕੇ ਇਲੈਕਸ਼ਨ ਨਜ਼ਦੀਕ ਆ ਗਿਆ ਤਾਂ ਮੈਂ ਆਪਣੇ ਅੰਮ੍ਰਿਤਸਰ ਤੇ ਨਾਰਥ ਦੇ ਉਤੇ ਤੇ ਦੂਸਰੇ ਜੋ ਅੰਮ੍ਰਿਤਸਰ ਦੇ ਕੈਂਡੀਡੇਟ ਨੇ ਉਹਨਾਂ ਵਾਸਤੇ ਐਸੀ ਕੈਂਪੇਨਿੰਗ ਕਰ ਰਹੇ ਹਾਂ ਔਰ ਇਹ ਇਲੈਕਸ਼ਨ ਜੋ ਹੋਗਾ ਇਹ ਬਦਲਾਅ ਦਾ ਹੈ ਜੀ ਬਦਲਾਅ ਸਿਰਫ ਪਾਰਟੀਆਂ ਦਾ ਬਦਲਾਅ ਨਹੀਂ ਬਦਲਾਅ ਇੱਕ ਮਾਨਸਿਕਤਾ ਦਾ ਬਦਲਾਅ ਇੱਕ ਸੋਚ ਦਾ ਹੋਣਾ ਹੈ ਦੂਸਰੀਆਂ ਪਾਰਟੀਆਂ ਵਾਲੇ ਤੁਸੀਂ ਦੇਖੋਗੇ ਆਮ ਜਨਤਾ ਦਾ ਸੈਂਟੀਮੈਂਟਲ ਐਕਸਪਲੋਇਟੇਸ਼ਨ ਇਹਨਾਂ ਨੇ ਕੀਤਾ ਹੈ। ਔਰ ਜੋ ਐਕਸਪਲੋਇਟੇਸ਼ਨ ਹੁੰਦਾ ਹੈ ਉਹਦੇ ਵਿੱਚ ਦੇਖੋ ਪੀੜ੍ਹੀਦਰ ਪੀੜ੍ਹੀ ਖਰਾਬ ਹੁੰਦੀ ਜਾਂਦੀ ਹੈ ਔਰ ਅੱਜ ਪੰਜਾਬ ਦੇ ਵਿੱਚ ਕੋਈ ਰਹਿ ਕੇ ਰਾਜੀ ਨਹੀਂ ਹੈ ਕਿਉਂਕਿ ਪੰਜਾਬ ਦੇ ਉੱਤੇ ਉੜਦਾ ਪੰਜਾਬ ਦਾ ਟੈਗ ਲੱਗ ਗਿਆ ਹੈ। ਤਾਂ ਸਾਡਾ ਇਹ ਮਕਸਦ ਹੈ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ। ਪੰਜਾਬ ਨੂੰ ਇਸ ਤਰੀਕੇ ਦਾ ਇੱਕ ਵਧੀਆ ਸਟੇਟ ਬਣਾਉਣਾ ਹੈ। ਕਿ ਹਰ ਖੇਤਰ ਦੇ ਵਿੱਚ ਪੰਜਾਬ ਹਿੰਦੁਸਤਾਨ ਦੇ ਵਿੱਚ ਸਿਰਮੌਰ ਹੋਵੇ ਜੋ ਪਹਿਲਾ ਹੁੰਦਾ ਸੀ ਤੇ ਉਹਦੇ ਵਾਸਤੇ ਸਾਨੂੰ ਮਿਹਨਤ ਵੀ ਬਹੁਤ ਕਰਨਾ ਪਊਗਾ ਲੇਕਿਨ ਅਸੀਂ ਤਿਆਰ ਹਾਂ ਔਰ ਸਾਡੀ ਲੀਡਰਸ਼ਿਪ ਤਿਆਰ ਹੈ ਔਰ ਪੰਜਾਬ ਦੀ ਜਨਤਾ ਤਿਆਰ ਹੈ ਸਰ ਇੱਕ ਆਈਪੀ ਅਫਸਰ ਤੋਂ ਇੱਕਦਮ ਹੀ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਇੱਕ ਕਿਸੇ ਰੁਤਬੇ ਕਰਕੇ ਕਿ ਜਾਂ ਜੋ ਚੱਲ ਰਿਹਾ ਹੈ ਸਿਸਟਮ ਚੇਂਜ ਕਰਨ ਵਾਸਤੇ ਤੁਹਾਨੂੰ ਇਸ ਜਿਹੜੀ ਹੈ ਕੈਟਾਗਰੀ ਦੇ ਵਿੱਚ ਆਉਣਾ ਪਊਗਾ देखो मैं इस्तीफा दिता सी मेरी नौ साल दी नौकरी रहती सी मैं इस्तीफा दिता सी वो बरगाड़ी का केस से वो कैप्टन साहब का जो रवैया सी वो ठीक नहीं सी और जो रिपोर्ट उन्होंने खारिज करवाई मैं इस्तीफा दे दिता बाद दे विच की करना है वो सोच विचार के आम जनता दे नाल सलाह करके फिर मैं आम आदमी पार्टी ज्वाइन की थी साडा मकसद है टोटल पॉलिटिकल रिवोल्यूशन असी चलती हुई रवायती राजनीति नहीं ज्वाइन की है असी टोटल पॉलिटिकल रिवोल्यूशन लेके आए हैं और उस देखो जनता बहुत ही आगे आगे होकर शामिल हो रही है जनता भी बदलाव चाहती है क्योंकि माफिया तंत्र दे राज तो जनता हूँ ऊब चुकी है और आने वाला समय बदलाव होगा बदलाव मानसिकता का बदलाव सोच का और सब तो बड़ी गल कि पंजाब शांति खुशहाली लेके आना है और ए बहुत वीये तरीके दे नाल सारा करना है मैं निजी तौर पर तुसी देखोगे राजनीति ज्वाइन करने वास्ते नौकरी नहीं छी है ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਚਾਹੁੰਦਾ ਹਾਂ ਕਾਰਨ ਕਿ ਮੈਂ ਜਿੱਥੇ ਜਾਂਦਾ ਹਾਂ ਲੋਕੀ ਕਹਿੰਦੇ ਨੇ ਕਿ ਹਾਂ ਸਾਨੂੰ ਮੋੜ ਦੋ ਸਾਡਾ ਪੰਜਾਬ ਸਾਨੂੰ ਮੋੜ ਦੋ ਸਾਡਾ ਪੰਜਾਬ ਠੀਕ ਹੈ ਤਾਂ ਅਸੀਂ ਉਸ ਵਿਜਨ ਦੇ ਉੱਤੇ ਕੰਮ ਕਰ ਰਹੇ ਹਾਂ ਉਸ ਮਿਸ਼ਨ ਨੂੰ ਅਸੀਂ ਅਚੀਵ ਕਰਨਾ ਹੈ ਸਾਨੂੰ ਆਪਣਾ ਪੰਜਾਬ ਮੋੜਨਾ ਹੈ ਜੀ ਜੋ ਪੰਜਾਬ ਜਿਸ ਕਾ ਮੌਫਤੇ ਜਾਣਿਆ ਜਾਂਦਾ ਸੀ ਉਹ ਪੰਜਾਬ ਅਸੀਂ ਦੁਬਾਰਾ ਸਥਾਪਿਤ ਕਰਨਾ ਹੈ काम ਔਖਾ ਜ਼ਰੂਰ ਹੈ ਲੇਕਿਨ ਇੰਪੋਸੀਬਲ ਨਹੀਂ ਹੈ ਔਰ ਜਿੱਥੇ 3 ਕਰੋੜ ਲੋਕ ਰੰਦੇ ਨੇ ਉਹਨਾਂ ਦਾ ਸਾਥ ਹੋਵੇ ਤਾਂ ਸਾਰਾ ਕੰਮ ਬਹੁਤ ਸੌਖੇ ਤਰੀਕੇ ਦੇ ਨਾਲ ਹੋ ਸਕਦਾ ਹੈ ਜੀ ਸਰ ਪਹਿਲੀ ਇਲੈਕਸ਼ਨ ਆ ਲੋਕਾਂ ਨਾਲ ਪਹਿਲੇ ਦੌਰ ਤੇ ਤੁਸੀਂ ਵਿਚਰ ਰਹੇ ਹੋ ਲੋਕਾਂ ਦੇ ਘਰਾਂ 'ਚ ਜਾਂਦੇ ਹੋ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਤੁਹਾਨੂੰ ਮਿਲ ਰਿਹਾ ਹੈ ਅਪਡੇਟਿੰਗ ਕਿਸ ਤਰ੍ਹਾਂ ਦੀ ਮਿਲਦੀ ਹੈ ਸਕੋਪ ਕਿਹੜਾ ਦਾ ਮਿਲ ਰਿਹਾ ਦੇਖੋ ਮੇਰਾ ਇਲੈਕਸ਼ਨ ਅੰਮ੍ਰਿਤਸਰ ਦੀ ਜਨਤਾ ਲੜ ਰਹੀ ਹੈ ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਜਿੱਥੇ ਵੀ ਜਾਂਦਾ ਹਾਂ ਲੋਕੀ ਬਹੁਤ ਹੀ ਖੁਸ਼ ਹੁੰਦੇ ਨੇ ਔਰ ਮਤਲਬ ਇਸ ਤਰੀਕੇ ਦੇ ਨਾਲ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਿ ਸਾਰਾ ਅੰਮ੍ਰਿਤਸਰ ਹੀ ਅੰਮ੍ਰਿਤਸਰ ਨਾਰਥ ਦੇ ਵਿੱਚ ਹੈ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਲੜਾਈ ਲੜ ਰਹੇ ਨੇ ਇੱਕ ਉਤਸਵ ਦੀ ਤਰ੍ਹਾਂ ਟ੍ਰੀਟ ਕਰ ਰਹੇ ਨੇ ਤਾਂ ਮੈਨੂੰ ਵੀ ਇੱਕ ਉਤਸਵ ਹੀ ਲੱਗ ਰਿਹਾ ਹੈ ਇਹਦੇ ਵਿੱਚ ਮੈਨੂੰ ਕੋਈ ਡਿਫਿਕਲਟੀ ਨਜ਼ਰ ਨਹੀਂ ਆ ਰਹੀ ਹੈ ਮੈਨੂੰ ਕੋਈ ਚੈਲੰਜ ਨਜ਼ਰ ਨਹੀਂ ਆ ਰਿਹਾ ਹੈ ਹਰ ਪਾਸਿਓ ਸਾਨੂੰ ਬਹੁਤ ਸਪੋਰਟ ਮਿਲ ਰਿਹਾ ਹੈ ਔਰ ਸਪੋਰਟ ਦੇਖੋ ਇਸ ਤਰ੍ਹਾਂ ਲੱਗ ਰਿਹਾ ਹੈ ਨਾ ਕਿ ਲੋਕਾਂ ਨੇ ਆਪਣੇ ਪਰਿਵਾਰ ਦਾ ਇੱਕ ਮੈਂਬਰ ਅੱਗੇ ਕੀਤਾ ਹੋਇਆ ਹੈ ਹਰ ਪਰਿਵਾਰ ਦੇ ਵਿੱਚ ਜਾਓ ਤਾਂ ਮੈਨੂੰ ਪਰਿਵਾਰਿਕ ਮਾਹੌਲ ਵੇਖਣ ਨੂੰ ਮਿਲਦਾ ਹੈ ਔਰ ਉਸੇ ਟਰਸਟ ਦੇ ਕਰਕੇ ਮੈਂ ਇਲੈਕਸ਼ਨ ਅੰਮ੍ਰਿਤਸਰ ਨਾਰਥ ਲੜ ਰਿਹਾ ਹਾਂ ਔਰ ਆਉਣ ਵਾਲੇ ਸਮਾਂ ਦੇ ਵਿੱਚ ਦੇਖੋਗੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਇਹ ਇਲੈਕਸ਼ਨ ਨੂੰ ਜਿੱਤ ਲਵਾਂਗੇ ਇਹ ਸਾਡਾ ਇਲੈਕਸ਼ਨ ਅੰਮ੍ਰਿਤਸਰ ਦੀ ਜਨਤਾ ਦਾ ਹੈ ਔਰ ਇਹ ਜਿੱਤ ਹੋਗੀ ਉਹ ਵੀ ਉਹਨਾਂ ਦੀ ਹੀ ਜਿੱਤ ਹੋਗੀ ਅੰਮ੍ਰਿਤਸਰ ਦੀ ਜਨਤਾ ਦੀ ਜਿੱਤ ਹੋਗੀ ਜੀ ਭਾਜੀਪੀ ਅਕਾਲੀ ਦਲ ਦੀ ਵੀ ਸਰਕਾਰ ਲੋਕਾਂ ਦੇਖ ਲਈ ਐ ਕਾਂਗਰਸ ਦੀ ਵੀ ਸਰਕਾਰ ਵੇਖ ਲਈ ਐ ਕਿ ਲੋਕ ਹੁਣ ਕਿੰਨਾ ਕੁ ਬਦਲਾਵ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਆਉਣੀ ਚਾਹੀਦੀ ਕਿੰਨਾ ਕੁ ਲੋਕ ਜਿਹੜਾ ਤੁਹਾਨੂੰ ਹੰਗਾਰਾ ਦੇ ਦੇ ਨੇ ਦੇਖੋ ਮੈਂ ਤਾਂ ਇਹ ਦੇਖ ਰਿਹਾ ਕਿ ਮੈਂ ਤਕਰੀਬਨ ਸਾਰੇ ਹਲਕਿਆਂ ਦੇ ਵਿੱਚ ਗਿਆ ਪੰਜਾਬ ਦੇ ਤੇ ਮਾਲਵਾ ਸਾਈਡ ਗਿਆ ਦੁਆਬਾ ਸਾਈਡ ਗਿਆ ਇਧਰ ਤੁਸੀਂ ਦੇਖੋ ਮਾਝਾ ਸਾਈਡ ਦੇ ਵਿੱਚ ਤਕਰੀਬਨ ਮੇਰਾ हर पास मतलब मेरी विजिट है और खास करके अमृतसर तुम देखो लोग तैयार बैठे ने भी तरीक का इंतजार कर रहे हैं कि भी तरीक कदों आऊगा और इस बारी एक तरफा इलेक्शन होना है क्यों क्योंकि जनता हूँ माफिया तंत्र को खत्म करना चाहती है आम आदमी पार्टी की खासियत है कि आम आदमी पार्टी की जो सरकार बनूगी तो बहुत ही तरीके लोकतंत्र तरीकेतंत्र स्थापना सही मायने के होगी ਔਰ ਲੋਕਾਂ ਦਾ ਰਾਜ ਸਥਾਪਿਤ ਹੋਣਾ ਹੈ ਤਾਂ ਲੋਕੀ ਆਪਣਾ ਰਾਜ ਸਥਾਪਿਤ ਕਰਨ ਵਾਸਤੇ ਤਿਆਰ ਬੈਠੇ ਨੇ ਸਰ 5 ਸਾਲ ਪਹਿਲੇ ਕਿਸੇ ਨੇ ਲੋਕਾਂ ਦੀ ਸਾਰ ਨਹੀਂ ਲਈ ਲੇਕਿਨ ਜਦੋਂ ਇਲੈਕਸ਼ਨ ਆ ਗਏ ਤਾਂ ਉਹਨਾਂ ਨੂੰ ਬਿਜਲੀ ਦੇ ਬਿੱਲਾਂ ਨਾਲ ਪਾਣੀ ਦੇ ਬਿੱਲਾਂ ਨਾਲ ਜੋੜ ਦਿੱਤਾ ਗਿਆ ਕਿ ਮਾਫ ਕੀਤੇ ਜਾਣਗੇ ਅਗਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਉਂਦੀ ਹੈ ਤਾਂ ਲੋਕਾਂ ਨੂੰ ਕਿੰਨੀਆਂ ਕੁ ਹੋਰ ਸੁਵਿਧਾਵਾਂ ਜਿਹੜੀਆਂ ਮਿਲਣਗੀਆਂ ਦੇਖੋ ਅਸੀਂ ਹਰ ਕੰਮ ਉਹ ਕਰਨਾ ਹੈ ਜੋ ਆਮ ਜਨਤਾ ਨੂੰ ਉਸ ਦੇ ਨਾਲ ਚੰਗਾ ਲੱਗੇ ਆਮ ਜਨਤਾ ਵਧੀਆ ਮਹਿਸੂਸ ਕਰੇ ਔਰ ਹਰ ਪਾਸੇ ਤਰੱਕੀ ਹੋਵੇ ਹਰ ਪਾਸੇ ਸ਼ਾਂਤੀ ਰਹੇ ਹਰ ਪਾਸੇ ਖੁਸ਼ਹਾਲੀ ਰਹੇ ਜੋ ਦੂਸਰੀਆਂ ਪਾਰਟੀਆਂ ਵਾਲੇ ਨੇ ਉਹਨਾਂ ਨੂੰ ਇਹ ਪਤਾ ਹੈ ਕਿ 5 ਸਾਲ ਕੰਮ ਨਾ ਕਰੋ ਇੱਕ ਦਿਨ ਦੋ ਦਿਨ ਪੈਸਾ ਵੰਡ ਦੋ ਸ਼ਰਾਬ ਵੰਡ ਦੋ ਸੂਟ ਦਾ ਕੱਪੜਾ ਵੰਡ ਦੋ ਤਾਂ ਉਸ ਦੇ ਨਾਲ ਦੇਖੋ ਇਹ ਡੈਮੋਕ੍ਰੇਸੀ ਨਹੀਂ ਚੱਲਦੀ ਹੈ ਹੁਣ ਜਨਤਾ ਜੋ ਹੈ ਨਾ ਜਨਤਾ ਸਮਝ ਚੁੱਕੀ ਹੈ ਕਿ ਗਰੀਬੀ ਦਾ ਕਾਰਨ یہی ਹੈ बेरोजगारी ਦਾ ਕਾਰਨ ਇਹ ਹੀ ਹੈ ਕਿ ਇੱਕ ਦਿਨ ਤੁਸੀਂ ਪੈਸਾ ਲੈ ਲਓ ਉਸ ਤੋਂ ਬਾਅਦ ਇਹ ਗੁਲਾਮ ਬਣਾ ਲੈਂਦੇ ਨੇ ਤਾਂ ਹੁਣ ਜਨਤਾ ਦੀ ਸਮਝ ਦੇ ਵਿੱਚ ਗੱਲ ਆ ਗਈ ਹੈ ਗਰੀਬ ਤੋਂ ਗਰੀਬ ਵਿਅਕਤੀ ਇਸ ਵਾਰੀ ਇਹ ਕੰਮ ਨਹੀਂ ਕਰੂਗਾ ਆਪਣਾ ਵੋਟ ਨਹੀਂ ਵੇਚੇਗਾ ਅਤੇ ਇਹ ਜਿਹੜੇ ਲੀਡਰ ਨੇ ਇਹਨਾਂ ਦੀ ਲੀਡਰੀ ਖਤਮ ਹੋ ਜਾਣੀ ਹੈ ਆਉਣ ਵਾਲੇ ਸਮੇਂ ਦੁ ਸਰ ਇੱਕ ਆਈਪੀਐਸ ਅਫਸਰ ਕੁਵਰ ਵਿਜੇ ਪ੍ਰਤਾਪ ਜਦੋਂ ਮੌਜੂਦਾ ਆਈਪੀਐਸ ਅਫਸਰ ਸਨ ਉਦੋਂ ਵੀ ਲੋਕਾਂ ਦੇ ਮਨ ਵਿੱਚ ਜਿਹੜੇ ਕ੍ਰਿਪਸ਼ਨ ਵਾਲੇ ਸੀ ਕ੍ਰਪਟ ਲੋਕਾਂ ਦੇ ਮਨ ਚ ਡਰ ਸੀਗਾ ਤੇ ਹੁਣ ਵੀ ਜਦੋਂ ਇਲੈਕਸ਼ਨ ਦੇ ਦੌਰ ਵਿੱਚ ਆਇਓ ਤਾਂ ਹੁਣ ਵੀ ਮਨ ਦੇ ਵਿੱਚ ਉਹਨਾਂ ਦੇ ਤੁਹਾਡਾ ਇੱਕ ਬਿਲਕੁਲ ਖੌਫ ਹੈ ਠੀਕ ਕਰਨਾ ਦੇਖੋ ਮੈਂ ਸਪਸ਼ਟ ਬੋਲਣਾ ਚਾਹੂੰਗਾ ਕਿ ਚਾਹੇ ਮੈਂ ਅੰਮ੍ਰਿਤਸਰ ਨਾਰਥ ਹਲਕੇ ਦੀ ਗੱਲ ਕਰਦਾ ਇਥੇ ਕਾਂਗਰਸ ਤੋਂ ਸੁਨੀਲ ਦੱਤੀ ਜੀ ਨੇ ਔਰ ਭਾਜਪਾ ਦੇ ਵਿੱਚ ਅਨਿਲ ਜੋਸ਼ੀ ਹੁੰਦੇ ਸੀ ਹੁਣ ਪਾਸਾ ਪਲਟ ਕੇ ਆਕਾਲੀ ਦਲ ਦੇ ਵਿੱਚ ਚਲੇ ਗਏ ਨੇ ਤੁਸੀਂ ਦੇਖੋਗੇ ਇਹਨਾਂ ਦਾ ਕੋਈ ਵਿਜ਼ਨ ਨਹੀਂ ਹੈ ਨਾ ਹੀ ਇਹਨਾਂ ਦਾ ਕੋਈ ਮਿਸ਼ਨ ਹੈ ਕੰਮ ਕਰਨ ਦਾ ਕੋਈ ਤਰੀਕਾ ਨਹੀਂ ਆਪਣੇ ਬਾਰੇ ਕੁਝ ਬੋਲਦੇ ਹੀ ਨਹੀਂ ਸਾਡੇ ਪੋਸਟਰ ਸਾਡੇ ਬੈਨਰ ਸਾਡੇ ਜੋ ਹੋਲਡਿੰਗਸ ਹੁੰਦੇ ਨੇ ਉਹ ਸਾਰਾ ਬਸ ਜਾਂ ਤਾਂ ਪ੍ਰਸ਼ਾਸਨ ਨੂੰ ਕਹ ਕੇ ਕਿਉਂਕਿ ਪ੍ਰਸ਼ਾਸਨ ਦੇ ਉੱਤੇ ਇਹਨਾਂ ਦਾ ਦਬਾਅ ਹੈ ਇਹ ਉਤਵਾ ਦਿੰਦੇ ਨੇ ਲਵਾ ਦਿੰਦੇ ਨੇ ਜਾਂ ਸਾਡੇ ਕਾਰਜ ਕਰਤਾਵਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਇਹਨਾਂ ਨੂੰ ਕੋਈ ਬੁਲਾ ਕੇ ਰਾਜੀ ਨਹੀਂ ਹੈ ਇੱਕ ਹੀ ਕਰਦੇ ਨੇ ਕਿ ਸਾਡੇ ਕਰਜਕਾਰਜਕਤਾ ਸਾਡੇ ਵਲੰਟੀਅਰਸ ਦੇ ਕੋਲ ਜਾਂਦੇ ਨੇ ਉਹਨਾਂ ਨੂੰ ਡਰ ਤੇ ਲਾਲਚ ਦਿੰਦੇ ਨੇ ਲੇਕਿਨ ਇਸ ਤਰ੍ਹਾਂ ਦੀ ਰਾਜਨੀਤੀ ਵੀ ਹੁਣ ਖਤਮ ਹੋ ਗਈ ਹੈ ਅਸੀਂ ਦੇਖੋ ਸਟ੍ਰੇਟ ਫੋਰਵਰਡ ਰਾਜਨੀਤੀ ਕਰ ਰਹੇ ਹਾਂ ਸਟ੍ਰੇਟ ਫੋਰਵਰਡ ਤੇ ਆਉਣ ਵਾਲਾ ਜੋ ਸਮਾਹ ਹੋਗਾ ਤੁਸੀਂ ਦੇਖ ਲੈਣਾ ਉਹਦੇ ਵਿੱਚ ਬਹੁਤ ਹੀ ਸੁਝਵਾਨ ਵਿਅਕਤੀ ਰਾਜਨੀਤੀ ਦੇ ਵਿੱਚ ਆਉਣਗੇ ਬਹੁਤ ਹੀ ਸੁਝਵਾਨ ਵਿਅਕਤੀ ਰਾਜਨੀਤੀ ਦੇ ਵਿੱਚ ਆਉਣਗੇ ਔਰ ਵਧੀਆ ਤਰੀਕੇ ਦੇ ਨਾਲ ਹਰ ਚੀਜ਼ मतलब सारा कुछ सिस्टम ठीक होना है तो असं सिस्टम ठीक करने वास्ते ये सारा कुछ कर रहे हैं क्योंकि मैं आई पी एस अफसर भी हों तो देखो उ सख्ती भी करनी हुंदी है प्रेम प्यार भी करना हुंदा है अब तो मान लो नशा खत्म करना है ड्रग्स खत्म करना है सख्ती बहुत करनी होंगी है मावा भैन नाल देकर मान लो स्नैचिंग हो रही है और स्नैचिंग इस तरह की हो रही है कि रिक्शे तो मतलब गिरा देंगे ने सिर फट ਜਾਂਦਾ ਹੈ ਸੱਟ ਲੱਗ ਜਾਂਦੀ ਹੈ ਇਸ ਤਰੀਕੇ ਦਾ ਕ੍ਰਾਈਮ ਹੈ ਉਥੇ ਸਖਤੀ ਬਹੁਤ ਕਰਨੀ ਪੈਂਦੀ ਹੈ ਜੀ ਦੂਸਰਾ ਇਹ ਜਿਹੜੇ ਲੀਡਰ ਹੁੰਦੇ ਨੇ ਇਹਨਾਂ ਨੂੰ ਖੌਫ ਵੇਸ ਕਰਕੇ ਹੁੰਦਾ ਹੈ ਕਿਉਂਕਿ ਇਹ ਜੋ ਕਰਪਸ਼ਨ ਕਰਦੇ ਨੇ ਉਹ ਸਾਰਾ ਹਿਸਾਬ ਕਿਤਾਬ ਸਾਡੇ ਕੋਲ ਹੁੰਦਾ ਹੈ ਤੇ ਲੀਡਰਾਂ ਦੇ ਮੰਨ ਦੇ ਵਿੱਚ ਤਾਂ ਖੌਫ ਰਹੇਗਾ ਹੀ ਇਸ ਕਰਕੇ ਉਹ ਸਾਡੇ ਬਾਰੇ ਉਹ ਮਤਲਬ ਉਲਟੀ ਸਿੱਧੀ ਗੱਲ ਕਰਦੇ ਨੇ ਕਿ ਉਹ ਅਫਸਰ ਹੈ ਜੀ ਅਫਸਰੀ ਕਰੂਗਾ ਅਕੜ ਹੈ ਜੀ ਅਕੜ ਰਹੇਗਾ ਦੇਖੋ ਅਕੜਤਾਰਨ ਜ਼ਰੂਰੀ ਹੈ ਕਿਉਂਕਿ ਮੰਨ ਲਓ ਮਾੜੇ ਵਿਅਕਤੀ ਸਰਕਾਰ ਦੇ ਵਿੱਚ ਆ ਕੇ ਇਹਨਾਂ ਨੇ ਸਾਰਾ ਕੁਝ ਲੂਟ ਲਿਆ ਜੀ ਅੱਜ ਸਰਕਟ ਹਾਊਸ ਵੀ ਲੂਟ ਲਿਆ ਇਹਨਾਂ ਨੇ ਅਮਰਿਤ ਸਰਦਾਹੀ ਇੱਕ ਸੀਨੀਅਰ ਮੰਤਰੀ ਸਰਕਟ ਹਾਊਸ ਨੂੰ ਲੂਟ ਲਿਆ ਜੀ ਉੱਥੇ ਹੋਟਲ ਬਣਵਾ ਰਿਹਾ ਹੈ ਜੀ ਤੇ ਰਹਿ ਕੀ ਗਿਆ ਕੁਝ ਨਹੀਂ ਰਹਿ ਗਿਆ तो अक्ड़ इस काम वास्ते होनी चाहिए और आम जनता वास्ते तो देखो जी असी बहुत ही निम्रता के नाम उन्होंने पेश होंगे हैं क्योंकि असू मतलब बनाए हुए हाँ जो भी व्यक्ति कोई लीडर बनता है ज कोई अफसर बनता है ये जनता बनाऊी है जी तो जनता के सामने तो नतमस्तक होकर जाना हूँ है और माड़े आंसर होंगे ने उन्होंने खिलाफ़ तो देखो सख्ती करनी हूँ है और चाहे तुम अफसर रहो चाहे तीतरी रहो एम एल ए रो ਇਹ ਡਬਲ ਰੋਲ ਹਮੇਸ਼ਾ ਹੋਣਾ ਚਾਹੀਦਾ ਹੈ ਸੰਤਾ ਮਾਨਯ ਡੂਤਾ ਡਾਨਿਓ ਇੱਕ ਕੁਟਵਾਰੀ ਮੇਰੀ ਇਹ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਔਰ ਜਕਰ શ્રીਮਦ ਭਗਵਤ ਗੀਤਾ ਦੇ ਵਿੱਚ ਦੇਖੋ ਤਾਂ ਸੇਮ ਚੀਜ਼ ਪ੍ਰੇਤranaਯ ਸਾਧੂਨਾਮ ਬਿਨਸਾਇ ਚ ਦੁਸਕਿਰਤਾਮ ਤੇ ਤਾਂ ਪਰਮਾਤਮਾ ਨੇ ਹਰ ਵਿਅਕਤੀ ਨੂੰ ਇਹੀ ਸੰਦੇਸ਼ ਔਰ ਇਹੀ ਗਾਈਡੈਂਸ ਪਰਮਾਤਮਾ ਨੇ ਦੇ ਕੇ ਇਸ ਧਰਤੀ ਤੇ ਭੇਜਿਆ ਹੋਇਆ ਹੈ ਤੇ ਇਹ ਚੀਜ਼ ਹਮੇਸ਼ਾ ਕਰਨੀ ਚਾਹੀਦੀ ਹੈ ਔਰ ਮੈਂ ਨਹੀਂ ਸਮਝਦਾ ਕਿ ਹਾਂ ਹਮ ਇਸ ਤਰੀਕੇ ਨਾਲ ਕਰਨ ਦੇ ਵਿੱਚ ਕੋਈ ਕਿਸੇ ਨੂੰ ਕਠਿਨਾਈ ਹੋਊਗੀ ਹਾਂ ਲੋਕੀ ਮਤਲਬ ਦੇਖੋ ਰਸਤਾ ਕਠਿਨ ਜ਼ਰੂਰ ਹੈ ਲੇਕਿਨ ਅਮਲ ਕਰਨਾ ਬਹੁਤ ਹੀ ਆਸਾਨ ਹੈ ਜੇਕਰ ਇੱਛਾ ਸ਼ਕਤੀ ਹੋਵੇ ਸਰ ਜਦੋਂ ਆਈਪੀਐਸ ਕੁਵਲ ਵਿਜੇ ਪ੍ਰਤਾਪ ਮੌਜੂਦਾ ਸਨ ਉਦੋਂ ਵੀ ਲੋਕਾਂ ਦੇ ਮਨ ਚ ਡਰ ਸੀਗਾ ਤੁਸੀਂ ਚਿੱਟੇ ਨੂਨ ਨਸ਼ਿਆਂ ਨੂੰ ਕਾਫੀ ਖਤਮ ਕੀਤਾ ਹੁਣ ਵੀ ਜਦੋਂ ਸਰਕਾਰ ਬੰਦੀ ਹੈ ਆਮ ਆਦਮੀ ਪਾਰਟੀ ਦੀ ਕਿ ਉਹੀ ਦੌਰ ਉਹੀ ਫੇਰ ਆਈਪੀਐਸ ਅਫਸਰ ਜਾਗੇਗਾ ਇੱਕ ਨੇਤਾ ਬਣ ਕੇ ਨੇ ਦੇਖੋ ਮੈਂ ਤਾਂ ਪਹਿਲਾਂ ਹੀ ਐਲਾਨ ਕਰ ਚੁੱਕਿਆ ਹਾਂ ਜਿਸ ਦਿਨ ਜੁਆਇਨਿੰਗ ਹੋਈ ਸੀ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦੇ ਹੋਏ ਮੈਂ ਉੱਥੇ ਐਲਾਨ ਕੀਤਾ ਕਿ ਮੈਂ ਰਾਜਨੀਤੀ ਨਹੀਂ ਜੁਆਇਨ ਕਰਨੀ ਹੈ ਜਦੋਂ ਤੱਕ ਰਾਜਨੀਤੀ ਦੇ ਵਿੱਚ ਗੰਦਗੀ ਹੈ ਜਦੋਂ ਤੱਕ ਉਸ ਡਰਟ ਨੂੰ ਸੀ ਸਾਫ ਨਹੀਂ ਕਰਦੇ ਉਦੋਂ ਤੱਕ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਰਾਜਨੀਤੀ ਜੁਆਇਨ ਕੀਤੀ ਹੈ ਠੀਕ ਹੈ ਤਾਂ ਤੁਸੀਂ ਦੇਖੋ ਇੱਕ ਅਫਸਰ ਦੇ ਰੂਪ ਦੇ ਵਿੱਚ ਮੈਂ ਜੋ ਕੁਝ ਵੀ ਸ਼ਿਗਾ ਬਤੌਰ ਐਸਪੀ ਅੰਮ੍ਰਿਤਸਰ ਦੇ ਵਿੱਚ ਮੈਂ ਜੁਆਇਨ ਕੀਤਾ ਇੱਥੇ ਐਸਪੀ ਸਿਟੀ ਐਸਐਸਪੀ ਡੀਆਈਜੀ ਸਾਰਾ ਕੁਝ ਰਿਹਾ ਤਾਂ ਜਨਤਾ ਦੀ ਜ਼ਰੂਰਤ ਦੇ ਮੁਤਾਬਿਕ ਆਪਣੇ ਆਪ ਨੂੰ ਮੈਂ ਤਿਆਰ ਕੀਤਾ ਦੂਸਰੇ ਤਰੀਕੇ ਦੇ ਨਾਲ ਕਹੋਗੇ ਕਿ ਆਮ ਜਨਤਾ ਨੇ ਹੀ ਆਪਣੀ ਜ਼ਰੂਰਤ ਦੇ ਮੁਤਾਬਿਕ ਮੈਨੂੰ ਤਿਆਰ ਕੀਤਾ ਉਸ ਦਾ ਕਾਰਨ ਹੈ ਦੇਖੋ ਅੱਜ ਕਿਸੇ ਨੂੰ ਜਾ ਕੇ ਪੁੱਛ ਲਓ ਮੇਰੇ ਤੋਂ ਪਹਿਲਾਂ ਕੌਣ ਐਸਐਸਪੀ ਕਿਸੇ ਨੂੰ ਨਹੀਂ ਪਤਾ ਹੈ ਮੇਰੇ ਤੋਂ ਬਾਅਦ ਕੌਣ ਆਇਆ ਐਸਐਸਪੀ ਕਿਸੇ ਨੂੰ ਨਹੀਂ ਪਤਾ ਤਾਂ ਮੈਂ ਤਾਂ ਜਨਤਾ ਦੀ ਜ਼ਰੂਰਤ ਦੇ ਮੁਤਾਬਿਕ ਆਪਣੇ ਆਪ ਨੂੰ ਕਲਦਾ ਗਿਆ ਔਰ ਉਹ ਉਹਨਾਂ ਨੇ ਮਤਲਬ ਮੈਨੂੰ ਪ੍ਰੇਰਿਤ ਕੀਤਾ ਇਹ ਕਰਨਾ ਹੈ ਉਹ ਕਰ ਪਿਆ ਦੂਸਰੀ ਚੀਜ਼ ਦੇਖੋਗੇ ਅੱਜ ਜਦੋਂ ਕੋਈ ਮੂਵੀ ਆਉਂਦੀ ਹੈ ਸਿੰਘਮ ਮੂਵੀ ਆਉਂਦੀ ਹੈ ਦਬੰਗ ਮੂਵੀ ਆਉਂਦੀ ਹੈ ਤਾਂ ਲੋਕੀ ਪਸੰਦ ਕਿਉਂ ਕਰਦੇ ਨੇ ਹਿੱਟ ਕਿਉਂ ਹੁੰਦੀ ਹੈ ਉਹ ਮੂਵੀ ਕਾਰਨ ਕਿ ਜੋ ਜਨਤਾ ਚਾਹੁੰਦੀ ਹੈ ਅਗਲਾ ਉਹ ਕਰਦਾ ਹੈ ਠੀਕ ਹੈ ਕਿ ਨਹੀਂ ਮੈਂ ਵੀ ਵਹੀ ਕਰਦਾ ਸੀ ਜੋ ਜਨਤਾ ਚਾਹੁੰਦੀ ਸੀ ਠੀਕ ਹੈ ਕਿ ਨਹੀਂ ਤੇ ਇਸ ਕਰਕੇ ਜਨਤਾ ਨੇ ਮੈਨੂੰ ਪਿਆਰ ਦਿੱਤਾ ਜੀ ਔਰ ਮੈਂ ਵਹੀ ਕਰਦਾ ਗਿਆ ਜੋ ਜਨਤਾ ਚਾਹੁੰਦੀ ਸੀ ਤੇ ਇਹ ਸਿਆਸਤ ਵੀ ਦੇਖੋ ਇਹ ਵੀ ਪਹਿਲਾਂ ਵੀ ਮੈਂ ਜਨਤਾ ਦੇ ਨਾਲ ਸੀਗਾ ਇਹਦਰ ਵੀ ਜਨਤਾ ਦੇ ਨਾਲ ਰਹਿਣਾ ਹੈ ਠੀਕ ਹੈ ਇਹਦੇ ਵਿੱਚ ਸਿਰਫ ਤੇ ਸਿਰਫ ਜਨਤਾ ਦੇ ਨਾਲ ਰਹਿਣਾ ਹੈ ਉਹਦੇ ਵਿੱਚ ਇਹ ਵੀ ਹੁੰਦਾ ਸੀ ਕਿ ਹਾਂ ਦਫਤਰ ਵੇਖਣਾ ਹੈ ਸਾਰਾ ਕੁਝ ਕਰਨਾ ਹੈ ਇਹਦਾ ਜਨਤਾ ਦੇ ਨਾਲ ਰਹਿਣਾ ਹੈ ਔਰ ਡੈਮੋਕਰੇਸੀ ਫੋਰ ਦਾ ਪੀਪਲ ਆਫ ਦਾ ਪੀਪਲ ਬਾਈ ਦਾ ਪੀਪਲ ਡੈਮੋਕਰੇਸੀ ਦਾ ਡਿਫੀਨੇਸ਼ਨ ਹੀ ਹੁੰਦਾ ਹੈ ਤਾਂ ਅਸੀਂ ਇਸੇ ਤਰੀਕੇ ਨਾਲ ਕਰਨਾ ਇੱਕ ਨਵਾਂ ਅਸਿਸ ਰੂਪ ਦੇ ਮੰਗੇ ਇੱਕ ਐਮਐਲਏ ਦੀ ਡਿਊਟੀ ਕੀ ਹੁੰਦੀ ਹੈ ਇੱਕ ਐਮਐਲਏ ਦਾ ਆਪਣੀ ਜਨਤਾ ਦੇ ਨਾਲ ਰਿਲੇਸ਼ਨਸ਼ਿਪ ਕੀ ਹੋਣਾ ਹੈ ਇੱਕ ਅਸੀਂ ਨਮੂਨਾ ਪੇਸ਼ ਕਰਾਂਗੇ ਆਉਣ ਵਾਲਾ ਸਮਾਂ ਦੇ ਵਿੱਚ ਤੁਸੀਂ ਦੇਖ ਲੈਣਾ ਜੀ ਸਾਰਾ ਲਾਸਟ ਤੇ ਤੁਸੀਂ ਜਿੰਨੇ ਵੀ ਤੁਹਾਨੂੰ ਹੁਣ ਦੇਖ ਰਹੇ ਨੇ ਕੀ ਅਪੀਲ ਕਰਨੀ ਚਾਹੋਗੇ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਸਾਹਿਬ ਵੱਲੋਂ ਆਪਣੇ ਹਲਕੇ ਨੂੰ ਜਾਂ ਲੋਕਾਂ ਨੂੰ ਸਾਰਿਆਂ ਨੂੰ ਦੇਖੋ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ ਜਨਤਾ ਨੇ ਤੀਜੀ ਵਾਰੀ ਉਹਨਾਂ ਨੂੰ ਚੀਫ ਮਿਨਿਸਟਰ ਬਣਾਇਆ ਹੈ ਪੰਜਾਬ ਦੇ ਵਿੱਚ ਜਦੋਂ ਇੱਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਹਮੇਸ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਆਊਗੀ ਤਾਂ ਮੈਂ ਇਹ ਹੀ ਕਹਾਂਗਾ ਆਮ ਜਨਤਾ ਨੂੰ ਕਿ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਉਣ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਮ ਜਨਤਾ ਦਾ ਹਿੱਤ ਸਰਵਪ੍ਰੀ ਰਹੇਗਾ ਆਮ ਜਨਤਾ ਹੀ ਸਰਵਪ੍ਰੀ ਰਹੂਗੀ ਔਰ ਸਹੀ ਮਾਇਨੇ ਦੇ ਵਿੱਚ ਇਹ ਲੋਕ ਰਾਜ ਕਾਇਮ ਹੋਊਗਾ ਲੋਕਤੰਤਰ ਦੇ ਵਿੱਚ ਅੱਜ ਤੱਕ ਲੋਕ ਰਾਜ ਕਾਇਮ ਨਹੀਂ ਹੋਇਆ ਅਸੀਂ ਸਹੀ ਮਾਇਨੇ ਦੇ ਵਿੱਚ ਲੋਕ ਰਾਜ ਕਾਇਮ ਕਰਾਂਗੇ ਜੀ ਧੰਨਵਾਦ ਜੀ ਲੋ ਦੋਸਤੋ ਤੁਸੀਂ ਗੱਲ ਕੀਤੀ ਇੱਕ ਆਈਪੀਐਸ ਅਫੀਸਰ ਦੇ ਇੱਕ ਨੇਤਾ ਜਦੋਂ ਬਣਨ ਜਾਣਾਰੇ ਨੇ ਤੇ ਉਹਨਾਂ ਦੇ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਚਾਰ ਹੈ ਕੀ ਲੋਕਾਂ ਨੂੰ ਸੁੱਖ ਸੁਵਿਧਾਵਾਂ ਮਿਲਣਗੀਆਂ ਔਰ ਤੁਹਾਡੇ ਰੂਬਰੂ ਕੀਤੇ ਨੇ ਐ ਕੁਵਰ ਵਿਜੇ ਪ੍ਰਤਾਪ ਜੀ ਉਹਨਾਂ ਦੇ ਦਿਲਾਂ ਦੀਆਂ ਗੱਲਾਂ ਉਹਨਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਰਹੇ ਹੋ ਨਗਾਰਾ ਟੀਵੀ ਕੈਨੇਡਾ ਮਨਜੀਤ ਸਿੰਘ ਅਤੇ ਕਸ਼ਮੀਰ ਸਿੰਘ ਗਿਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ